ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਸਾਬਤ ਨਹੀਂ ਕੀਤੀ ਜਾ ਰਹੀ ਵੀ ਹੋਈ ਹੈ ਜਾਂ ਨਹੀਂ ਹੋਈ ਹੈ ਸੋ ਪਿਆਰਿਓ ਪੰਜਾਬ ਦੇ ਹਾਲਾਤ ਜਿਹੜੇ ਨੇ ਬਹੁਤ ਗੰਭੀਰ ਬਣੇ ਹੋਏ ਨੇ ਸੋ ਵਿਸ਼ੇ ਤੇ ਮੈਂ ਸਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਤੁਹਾਡੇ ਨਾਲ ਸਾਰੇ ਜਾਣੇ ਫਤਿਹ ਬਲਾਉ ਜੀ ਪਹਿਲਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜੋ ਤੁਸੀਂ ਅੱਜ ਸਮਾਂ ਵੇਖ ਰਹੇ ਹੋ ਇਹ ਸਮਾਂ ਜਿਹੜਾ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਆ ਕਿਉਂਕਿ ਅਮਰਿਤਪਾਲ ਸਿੰਘ ਖਾਲਸਾ ਦਾ ਜੋ ਪੰਜਾਬ ਦੇ ਵਿੱਚ ਮੁੱਦਾ ਚੱਲ ਰਿਹਾ ਹੈ ਇਹ ਮੁੱਦਾ ਅਮਰਿਤਪਾਲ ਸਿੰਘ ਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਇਹ ਉਸ ਦੇ ਨਿੱਜੀ ਵਿਚਾਰ ਹੋ ਸਕਦੇ ਨੇ ਪਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਬਿਲਕੁਲ ਠੀਕ ਨਹੀਂ ਹੋ ਰਿਹਾ ਮੈਂ ਇਸ ਕਰਕੇ ਬੇਨਤੀਆਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਚਾਹੁੰਨਾ ਵਾ ਕਿਉਂਕਿ ਅਮਰਿਤਪਾਲ ਜੋ ਕਰ ਰਿਹਾ ਹੈ ਪੰਜਾਬ ਦੀ ਨੌਜਵਾਨੀ ਲਈ ਸ਼ਾਇਦ ਉਹ ਕੋਈ ਲੋਕਾਂ ਨੂੰ ਪਸੰਦ ਨਾ ਆ ਰਿਹਾ ਹੋਵੇ ਸ਼ਾਇਦ ਸਰਕਾਰ ਨੂੰ ਵੀ ਪਸੰਦ ਨਾ ਆ ਰਿਹਾ ਹੋਵੇ ਬਿਲਕੁਲ ਕੁਝ ਚੀਜ਼ਾਂ ਨੇ ਜੋ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੋ ਗੈਰ ਕਾਨੂੰਨੀ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਚੀਜ਼ਾਂ ਕਾਨੂੰਨ ਦੇ ਮੁਤਾਬਕ ਨਹੀਂ ਨੇ ਅਮਰਿਤਪਾਲ ਸਿੰਘ ਦੇ ਵਿਚਾਰ ਮੇਰੇ ਨਾਲ ਨਾ ਮਿਲਦੇ ਹੋਣ ਜਾਂ ਮੇਰੇ ਵਿਚਾਰ ਅਮਰਿਤਪਾਲ ਨਾਲ ਨਾ ਮਿਲਦੇ ਹੋਣ ਉਹ ਲੱਗ ਗੱਲ ਹੈ ਪਰ ਉਸ ਤੇ ਇਲਜ਼ਾਮ ਲਗਾ ਦੇਣਾ ਕਿ ਉਹ ਆਈਐਸਆਈ ਦਾ ਬੰਦਾ ਜੀ ਪਾਕਿਸਤਾਨ ਨਾਲ ਸਬੰਧ ਨੇ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਉਹਨੂੰ ਖੱਜਲ ਖਵਾਰ ਕਰ ਦੇਣਾ ਇੱਕ ਨਾਗਰਿਕ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ ਇਹ ਗੱਲ ਅਹਿਸਾਸ ਕਰਾਉਂਦੀ ਹੈ ਪਿਆਰਿਓ ਕਿ ਅਸੀਂ ਖੁੱਲ ਕੇ ਜੀਣ ਦੇ ਆਦੀ ਨਹੀਂ ਆ ਸਾਨੂੰ ਖੁੱਲ ਕੇ ਜੀਣ ਦਾ ਕੋਈ ਅਧਿਕਾਰ ਨਹੀਂ ਹੈ ਅਮਰਿਤਪਾਲ ਸਿੰਘ ਸਰਕਾਰ ਦੀ ਨਿਗਾਹ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਅਮਰਿਤਪਾਲ ਸਿੰਘ ਦੀ ਸ਼ਖਸੀਅਤ ਕੁਝ ਵੀ ਹੋ ਸਕਦੀ ਹੈ ਸੋ ਗੁਰਮੁਖ ਪਿਆਰਿਓ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਆ ਸਭ ਕੁਝ ਕਰੀਏ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਚੱਲ ਰਹੇ ਨੇ ਤੁਸੀਂ ਸਾਰੇ ਵੇਖਦੇ ਹੋ ਪੈਰਾ ਫੋਰਸ ਮਿਲਟਰੀ ਆਰਪੀ ਵੀਐਸਐਫ ਕਿੰਨੀਆਂ ਫੋਰਸਾਂ ਜੜੀਆਂ ਨੇ ਪੰਜਾਬ ਦੇ ਵਿੱਚ ਤਾਇਨਾਤ ਨੇ ਚੱਪੇ-ਚੱਪੇ ਤੇ ਨਿਗਰਾਨੀ ਠੀਕ ਹੈ ਨਿਗਰਾਨੀ ਕਰੋ ਪਰ ਆਹ ਇੰਟਰਨੈਟ ਸੇਵਾਵਾਂ ਬੰਦ ਕਰਕੇ ਤੇ ਆ ਤੁਸੀਂ ਜੋ ਕਰ ਰਹੇ ਹਾਂ ਛਾਪੇ ਮਾਰੀਆਂ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਾਂ ਇਹ ਚੀਜ਼ਾਂ ਕੋਈ ਬਹੁਤੀਆਂ ਸੋਭਾ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਕਿਉਂਕਿ ਅਮਰਿਤਪਾਲ ਨੂੰ ਇਦਾਂ ਪੇਸ਼ ਕਰਨਾ ਹੈ ਵੀ ਜਿਵੇਂ ਉਹ ਕੋਈ ਬਹੁਤ ਵੱਡਾ ਅਤਵਾਦੀ ਹੋਵੇ ਜਿਵੇਂ ਉਹਨੇ ਬਹੁਤ ਵੱਡੇ ਕੋਈ ਕਾਂਡ ਕੀਤੇ ਹੋਣ ਇਹ ਸਾਰੀਆਂ ਗੱਲਾਂ ਕਰਨੀਆਂ ਬਹੁਤ ਮੁਸ਼ਕਲ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਅਮਰਿਤਪਾਲ ਨੂੰ ਗ੍ਰਿਫਤਾਰ ਕਰੋ ਛਾਪੇ ਮਾਰੀਆਂ ਕਰੋ ਆ ਇੰਟਰਨੈਟ ਸੇਵਾਵਾਂ ਬੰਦ ਕਰਕੇ ਜਾਂ ਫਿਰ ਤੁਸੀਂ ਆਮ ਲੋਕਾਂ ਨੂੰ ਪਰੇਸ਼ਾਨ ਕਰਕੇ ਉਸ ਦੇ ਸਾਥੀਆਂ ਨੂੰ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕਰਕੇ ਸਾਬਤ ਕੀ ਕਰ ਰਹੇ ਹਾਂ ਅਮਰਿਤਪਾਲ ਨਾਲ ਤੁਹਾਡਾ ਰੌਲਾ ਹੋਊਗਾ ਚਲੋ ਅਸੀਂ ਮੰਨ ਜਾਂਦੇ ਹਾਂ ਪਰ ਇਦਾਂ ਕਿਸੇ ਨੂੰ ਪਰੇਸ਼ਾਨ ਕਰਨਾ ਗੱਲ ਠੀਕ ਨਹੀਂ ਹੈ ਕਿ ਸੋ ਗੁਰਮਖੋ ਅੱਜ ਬੜੇ ਵੀਰ ਭੈਣਾ ਅਮਰਿਤਪਾਲ ਸਿੰਘ ਦੀ ਸਲਾਮਤੀ ਦੇ ਲਈ ਗੁਰਬਾਣੀ ਪੜ੍ਹ ਰਹੇ ਨੇ ਪਾਠ ਕਰ ਰਹੇ ਨੇ ਅਰਦਾਸ ਕਰ ਰਹੇ ਨੇ ਉਸ ਦੇ ਮਾਤਾ ਪਿਤਾ ਵੀ ਹੋਰ ਤਾਂ ਕੋਈ ਜ਼ੋਰ ਨਹੀਂ ਹੈਗਾ ਹੁਣ ਅਰਦਾਸ ਕਰ ਰਹੇ ਨੇ ਮਹਾਰਾਜ ਅੱਗੇ ਤੇ ਆਪਾਂ ਵੀ ਕਰੀਏ ਕਿਉਂਕਿ ਸ਼ਾਇਦ ਭਗਵੰਤ ਮਾਨ ਜਿਹੜੇ ਨੇ ਨਾ ਉਹ ਮਾਰਗ ਹੋਰ ਤੇ ਤੁਰ ਚੁੱਕੇ ਨੇ ਸੱਤਾ ਜਿਹੜੀ ਆ ਨਾ ਉਹਨਾਂ ਦੇ ਦਿਮਾਗ ਨੂੰ ਚੜ ਚੁੱਕੀ ਹੈ ਕਈ ਲੋਕ ਤੇ ਅਜਿਹੇ ਨੇ ਸੋਸ਼ਲ ਮੀਡੀਆ ਤੇ ਇਹ ਜਿੰਨਾ ਮਰਜ਼ੀ ਇੰਟਰਨੈਟ ਬੰਦ ਕਰ ਲੈਣ ਪਰ ਲੋਕ ਜਿਹੜੇ ਨੇ ਨਾ ਉਹ ਨਹੀਂ ਹਟਦੇ ਲੋਕਾਂ ਕੋਲੇ ਬਹੁਤ ਕੁਝ ਹੈ ਬਾਹਰ ਲੀਆਂ ਸੰਗਤਾਂ ਬਹੁਤ ਕੁਝ ਕਰ ਰਹੀਆਂ ਨੇ ਉਹਨਾਂ ਨੇ ਭਗਵੰਤ ਮਾਨ ਦੀ ਫੋਟੋ ਬਿਆਨਤ ਸਿੰਘ ਦੇ ਨਾਲ ਐਡਿਟ ਕਰਕੇ ਲਾ ਦਿੱਤੀ ਅੱਧਾ ਚਿਹਰਾ ਭਗਵੰਤ ਮਾਨ ਦਾ ਅੱਧਾ ਮੁੱਖ ਮੰਤਰੀ ਬਿਆਨਤ ਦਾ ਜਿਸ ਤਰ੍ਹਾਂ ਬਿਆਨਤੇ ਨੇ ਬਹੁਤ ਕੁਝ ਕੀਤਾ ਪੰਜਾਬ ਦੇ ਵਿੱਚ ਅੱਜ ਸ਼ਾਇਦ ਕਹਿੰਦੇ ਉਹੀ ਮਾਰਗ ਤੇ ਭਗਵੰਤ ਮਾਨ ਤੁਰ ਪਿਆ ਲੋਕ ਇਦਾਂ ਕਹਿ ਕੇ ਟਰੋਲ ਕਰਨ ਲੱਗ ਪਏ ਨੇ ਹੁਣ ਦੱਸੋ ਜੀ ਅਸੀਂ ਕੀ ਕਹੀਏ ਲੰਡਨ ਦੇ ਵਿੱਚ ਤਰੰਗਾ ਉਹਨਾਂ ਨੇ ਥੱਲੇ ਤਾਰਤਾ ਪਹਿਰਾ ਥੱਲੇ ਲਤਾੜ ਤਾ ਕਿਉਂ ਕਹਿੰਦੇ ਜੀ ਪੰਜਾਬ ਦੇ ਵਿੱਚ ਜੋ ਹੋ ਰਿਹਾ ਨਾ ਉਹ ਕਹਿੰਦੇ ਗਲਤ ਹੋ ਰਿਹਾ ਲੇਓ ਦੱਸੋ ਹੁਣ ਇਹ ਤੋਂ ਵੱਡੀ ਹੋਰ ਗੱਲ ਕੀ ਹੋਊਗੀ ਹੁਣ ਰੌਲਾ ਪਾਉਂਦੇ ਨੇ ਕਹਿੰਦੇ ਜੀ ਇਹ ਨਹੀਂ ਕਰਨਾ ਚਾਹੀਦਾ ਸੀ ਜੋ ਤੁਸੀਂ ਕਰ ਰਹੇ ਹੋ ਉਹ ਕਰਨਾ ਚਾਹੀਦਾ ਸੀ ਇਸ ਕਰਕੇ ਮੇਰੀ ਬੇਨਤੀ ਹੈ ਸੰਗਤ ਨੂੰ ਸ਼ਾਂਤੀ ਬਣਾ ਕੇ ਰੱਖੋ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਹਾਲਾਤ ਸਹੀ ਹੋ ਜਾਣਗੇ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ